ਉਹ ਸਟ੍ਰੇਟ ਫਾਰਵਰਡ ਵੀ ਹੋਣਗੇ, ਉਹਨਾਂ ਨੂੰ ਮੌਕਾ ਵੀ ਮਿਲ ਜਾਏਗਾ, ਦੇ ਵਿਲ ਰਾਈਜ਼ ਟੂ ਦਾ ਟੌਪ। ਇੰਟਰਸਟਿੰਗ ਸੁਜੈਸ਼ਨ ਹੈ, ਪਰ 6-6 ਮਹੀਨੇ ਦੀ ਟੈਨਿਓਰ ਪਤਾ ਨਹੀਂ ਕਿੰਨੀ ਵਾਇਬਲ ਆ। ਨਹੀਂ ਉਹ ਹੈਗੀ ਹੈ, ਕਿਉਂਕਿ ਕੰਸਿਸਟੈਂਸੀ ਜਿਹੜੀ ਹੈ ਨਾ ਉਹ ਡਿਪਾਰਟਮੈਂਟ ਦੀ ਪਾਲਿਸੀ ਦੀ ਕੰਸਿਸਟੈਂਸੀ ਹੁੰਦੀ ਹੈ, ਇੰਡੀਵਿਜੁਅਲ ਦੀ ਨਹੀਂ ਹੁੰਦੀ। ਤੁਸੀਂ ਐਕਚੁਅਲੀ ਵੇਖੋ ਜੇ ਕੋਈ ਇੰਡੀਵਿਜੁਅਲ ਵੀ ਅੱਜ ਕੱਲ੍ਹ ਦੇ ਪੋਲੀਟੀਕਲ ਸਿਸਟਮ 'ਚ ਇੰਨਾ DGP ਕੋਈ ਵੀ ਸਟਰੋਂਗ ਨਹੀਂ ਹੈਗਾ ਕਿ ਉਹ 2 ਸਾਲ ਆਪਣੀ ਮਰਜ਼ੀ ਦੇ ਨਾਲ ਐਡਮਿਨਿਸਟ੍ਰੇਸ਼ਨ ਨੂੰ ਚਲਾਵੇ, ਉਹਨੂੰ ਪੋਲੀਟੀਕਲ ਡਿਕਟੇਟਸ ਦੇ ਅੰਡਰ ਹੀ ਕੰਮ ਕਰਨਾ ਪੈਂਦਾ। ਇਟ ਇਜ਼ ਬੈਟਰ ਕਿ ਇਹ 6-6 ਮਹੀਨੇ ਸਾਰਿਆਂ ਨੂੰ ਮੌਕਾ ਦਿੱਤਾ ਜਾਵੇ। ਆਈ ਥਿੰਕ ਵੀ ਗੋਇੰਗ ਟੂ ਕਮੈਂਟ ਮਿਸਟਰ ਲਾਲ, ਕਾਫੀ ਪੁਲਿਸ ਆਫੀਸਰਸ DGP ਰੈਂਕ ਦੇ ਆਫੀਸਰਸ ਜਿਹੜੇ ਪੰਜਾਬ ਪੁਲਿਸ ਦੇ ਵਿੱਚੋਂ ਬਾਹਰੋਂ ਆਏ ਆ, ਕੋਈ ਮਹਾਰਾਸ਼ਟਰ ਤੋਂ ਆਇਆ, ਹੁਣ ਇਸ ਵੇਲੇ ਸ਼ਾਇਦ DGP ਜੰਮੂ ਐਂਡ ਕਸ਼ਮੀਰ ਕਾਡਰ ਦੇ ਆ, ਇਹ ਕੰਟਰੀਬਿਊਟ ਕਰ ਰਹੀ, ਪੋਜ਼ਿਟਿਵਲੀ ਕੰਟਰੀਬਿਊਟ ਕਰ ਰਹੀ ਹੈ ਪੰਜਾਬ ਪੁਲਿਸ ਫੰਕਸ਼ਨਿੰਗ ਦੇ ਵਿੱਚ, ਜਾਂ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਨੁਕਸਾਨ ਹੋ ਰਿਹਾ? ਮੈਂ ਸਮਝਦਾ ਕਿ ਇੰਡੀਵਿਜੁਅਲੀ ਕਮੈਂਟ ਨਹੀਂ ਕਰਨਾ ਚਾਹੀਦਾ ਇਹੋ ਜਿਹੇ ਡਿਸਕਸ਼ਨ 'ਤੇ। ਜਨਰਲੀ ਸਪੀਕਿੰਗ, ਕੈਡਰ ਵਿੱਚੋਂ ਹੀ ਪੁਲਿਸ ਦੇ ਚੀਫ ਨੂੰ ਸਿਲੈਕਟ ਕਰਨਾ ਚਾਹੀਦਾ, ਦੈਟ ਵੁੱਡ ਬੀ ਆਲਵੇਜ਼ ਬੈਟਰ। ਬਟ ਇਨ ਐਸਟੋਨੀ ਸਰਕਮਸਟਾਂਸਿਸ, ਜਦੋਂ ਟੈਰਰਿਜ਼ਮ ਸੀ ਪੰਜਾਬ ਦੇ ਵਿੱਚ, ਉਦੋਂ ਬਾਹਰੋਂ ਆਏ ਸੀ, ਰਿਬੇਰੋ ਸਾਹਿਬ ਆਏ ਸੀ, KPS ਗਿੱਲ ਸਾਹਿਬ ਆਏ ਸੀ, ਉਹਨਾਂ ਨੇ ਕਾਫੀ ਕੰਟਰੀਬਿਊਟ ਕੀਤਾ ਉਸ ਵੇਲੇ ਪ੍ਰੋਬਲਮ ਨੂੰ ਹੱਲ ਕਰਨ ਦੇ ਵਿੱਚ। ਆਈ ਥਿੰਕ ਇਨ ਐਸਟੋਨੀ ਸਿਚੁਏਸ਼ਨ, ਵਾਟ ਇਜ਼ ਯੋਰ ਟੇਕ ਔਨ ਦਿਸ, ਪੁਲਿਸ ਚੀਫ ਬਾਹਰੋਂ ਹੋਣਾ ਚਾਹੀਦਾ ਜਾਂ ਸਟੇਟ ਦਾ ਹੋਣਾ ਚਾਹੀਦਾ? ਆਈ ਐਮ ਵਿਦ ਮਿਸਟਰ ਲਾਲ, ਕਿਉਂਕਿ ਮੈਂ ਇੰਡੀਵਿਜੁਅਲੀ ਤਾਂ ਕਮੈਂਟ ਨਹੀਂ ਕਰਾਂਗਾ, ਬਟ ਕਈ ਵਾਰੀ ਸਿਚੁਏਸ਼ਨਸ ਇਹੋ ਜਿਹੀਆਂ ਹੋ ਜਾਂਦੀਆਂ ਨੇ ਜਿੱਥੋਂ ਤੁਹਾਨੂੰ ਬੈਸਟ ਟੈਲੈਂਟ ਜਿਹੜਾ ਅਵੇਲੇਬਲ ਹੈਗਾ ਆਲ ਇੰਡੀਆ ਲੈਵਲ 'ਤੇ ਉਹਨੂੰ ਇਨਵਾਈਟ ਕਰਨਾ ਚਾਹੀਦਾ। ਜਸਟਿਸ ਗਰੇਵਾਲ, ਮਨਪ੍ਰੀਤ ਬਾਦਲ ਨੇ ਆਪਾਂ ਪੈਕੇਜ ਦੇ ਵਿੱਚ ਵੀ ਸੁਣਿਆ, ਉਹਨਾਂ ਨੇ ਕਿਹਾ ਕਿ ਲੋੜ ਆ, ਬਹੁਤ ਜ਼ਿਆਦਾ ਲੋੜ ਹੈ ਰੀਆਰਗਨਾਈਜ਼ ਕਰਨ ਦੀ ਪੰਜਾਬ ਪੁਲਿਸ ਨੂੰ, ਡੀਪੋਲਿਟਿਸਾਈਜ਼। ਬਿਲਕੁਲ ਡੀਸੈਂਟਰਲਾਈਜ਼ ਕਿਵੇਂ ਹੋ ਸਕਦਾ? ਡੀਸੈਂਟਰਲਾਈਜ਼ਡ ਆਫਟਰ ਆਲ, ਪੁਲਿਸ ਜਦੋਂ ਕੋਈ ਕੰਪਲੇਂਟ ਆਉਂਦੀ ਹੈ ਜਿਹਦੀ FIR ਸ਼ੁਰੂ ਹੁੰਦੀ ਹੈ, ਉੱਥੇ ਮਦਈ ਹੁੰਦਾ ਇੱਕ, ਅਸੀਂ ਮਦਈ ਨੂੰ ਹੈਲਪ ਕਰਨੀ ਹੈ, ਪੁਲਿਸ ਨੇ ਮਦਈ ਨੂੰ ਹੈਲਪ ਕਰਨੀ, ਉਹ ਜਿਹੜਾ ਉਹਦਾ ਕੋਈ ਸਮਾਨ ਜਿਹਦੀ ਚੋਰੀ ਹੋਈ ਹੈ ਜਾਂ ਉਸਦਾ ਕੋਈ ਬੰਦਾ ਮਰਿਆ ਹੈ, ਅਤੇ ਉਸ ਨੂੰ ਅਸੀਂ ਹੈਲਪ ਕਰਨੀ, ਦੈਟ ਇਜ਼ ਪੁਲਿਸ ਨੇ ਐਵੀਡੈਂਸ ਕਲੈਕਟ ਕਰਕੇ ਅਤੇ ਕੋਰਟ ਦੇ ਵਿੱਚ ਪੇਸ਼ ਕਰਨਾ, ਦੈਟ ਇਜ਼ ਦੀ ਪ੍ਰਾਇਮਰੀ ਫੰਕਸ਼ਨ ਆਫ ਦ ਪੁਲਿਸ। ਸੋ ਜਿੰਨਾ ਡੀਸੈਂਟਰਲਾਈਜ਼ ਹੋਵੇ ਉਨਾ ਅੱਛਾ ਹੈਗਾ, ਐਂਡ ਲੈਸ ਇੰਟਰਫੇਰੈਂਸ। ਹੁਣ ਪੁਲਿਸ ਨੇ ਜਦੋਂ ਕੇਸ ਰਜਿਸਟਰ ਕਰ ਲਿਆ, ਇਨਵੈਸਟੀਗੇਸ਼ਨ ਕਰੋ, ਅਤੇ ਇਨਵੈਸਟੀਗੇਸ਼ਨ 'ਚ ਕਾਫੀ ਇੰਟਰਫੇਰੈਂਸ। ਡੀਸੈਂਟਰਲਾਈਜ਼ ਕਿਵੇਂ ਹੋ ਸਕਦਾ ਜੀ? ਜੀ ਡੋਂਟ ਇੰਟਰਫੇਅਰ, ਗਿਵ ਦੇਮ ਆਟੋਨੋਮੀ, ਦ ਪੁਲਿਸ ਆਫਿਸਰ ਸ਼ੁੱਡ ਹੈਵ ਆਟੋਨੋਮੀ। ਓਕੇ ਮਿਸਟਰ ਔਜਲਾ, ਸੁਪਰੀਮ ਕੋਰਟ ਨੇ ਕਈ ਡਾਇਰੈਕਸ਼ਨ, 6 ਜਾਂ 8 ਡਾਇਰੈਕਸ਼ਨ ਡਾਇਰੈਕਟਿਵ ਦਿੱਤੇ ਸੀਗੇ, ਉਹਨਾਂ 'ਚੋਂ ਇੱਕ ਇਹ ਸੀ ਕਿ ਸਟੇਟ ਸਿਕਿਉਰਿਟੀ ਕਮਿਸ਼ਨ ਹੋਣਾ ਚਾਹੀਦਾ, ਸੋ ਦੈਟ ਪੁਲਿਸ ਦੇ ਉੱਤੇ ਪ੍ਰੈਸ਼ਰ ਨਾ ਪਵੇ। ਉਹਨਾਂ ਨੇ ਕਿਹਾ ਕਿ DG ਦੀ ਅਪੁਆਇੰਟਮੈਂਟ ਮੈਰਿਟ ਬੇਸਡ ਹੋਣੀ ਚਾਹੀਦੀ, ਟਰਾਂਸਪੇਰੈਂਸੀ ਹੋਣੀ ਚਾਹੀਦੀ ਉਹਦੇ 'ਚ, ਔਰ 2 ਸਾਲ ਦਾ ਟੈਨਿਓਰ ਹੋਣਾ ਚਾਹੀਦਾ। ਸਿਮਿਲਰਲੀ ਇਸੇ ਤਰ੍ਹਾਂ ਹੀ SSP SHO ਦਾ ਵੀ ਟੈਨਿਓਰ ਹੋਣਾ ਚਾਹੀਦਾ, ਇਸ ਤਰ੍ਹਾਂ ਦੇ ਕਈ ਡਾਇਰੈਕਟਿਵ ਸੀ। ਤੁਹਾਨੂੰ ਕੀ ਲੱਗਦਾ ਇੰਪਲੀਮੈਂਟ ਕਿਉਂ ਨਹੀਂ ਹੋ ਸਕੇ? ਮਿਸਟਰ ਲਾਲ ਨੇ ਕਿਹਾ ਕਿ ਸ਼ਾਇਦ ਇੰਪ੍ਰੈਕਟੀਕਲ ਸੀਗੇ। ਇੰਪਲੀਮੈਂਟ ਨਹੀਂ ਹੋਇਆ ਜੀ, ਕਿਉਂਕਿ ਜਿਹੜਾ ਪੰਜਾਬ ਪੁਲਿਸ ਐਕਟ 2007 ਹੈ, ਉਹਦੇ 'ਚ ਬੜਾ ਕਲੈਵਰ ਜੀ ਵਰਡਿੰਗ ਐਡ ਕਰ ਦਿੱਤੀ ਗਈ ਹੈ ਕਿ ਫੋਰ ਐਨੀ ਰੀਜ਼ਨ ਟੂ ਬੀ ਸਪੈਸੀਫਾਈਡ ਇਨ ਰਾਈਟਿੰਗ, ਤੁਸੀਂ DGP ਨੂੰ ਬਦਲ ਸਕਦੇ, ਈਵਨ ਇਫ ਯੂ ਅਪੋਇੰਟ ਹਿਮ ਫੋਰ 2 ਈਅਰਸ ਫੋਰ ਐਨੀ ਸਪੈਸੀਫਿਕ ਰੀਜ਼ਨ ਇਨ ਰਾਈਟਿੰਗ, ਤੁਸੀਂ ਉਹਨੂੰ ਬਦਲ ਸਕਦੇ ਹੋ। ਸੋ ਵਟ ਇਜ਼ ਦੀ ਯੂਜ਼ ਆਫ ਇਨਕੋਰਪੋਰੇਟਿੰਗ ਆਲ ਦੋ ਪ੍ਰੋਵੀਜ਼ਨਸ ਵੈਨ ਇਨ ਦੀ ਐਂਡ ਯੂ ਆਰ ਗੋਇੰਗ ਟੂ ਇਨਸਰਟ ਏ ਪ੍ਰੋਵੀਜ਼ਨ ਲਾਈਕ ਦੈਟ। ਸਿਮਿਲਰਲੀ ਜਿਹੜੇ ਲੋਅਰ ਲੈਵਲ ਦੇ ਉੱਤੇ ਵੀ ਮੈਂ ਸਮਝਦਾ ਕਿ ਜੇ ਤੁਸੀਂ 2 ਸਾਲ ਦਾ ਟੈਨਿਓਰ ਇਕੱਲਾ ਕਰ ਦੇਣ ਦੇ ਨਾਲ ਤਾਂ ਗੱਲ ਨਹੀਂ ਬਣ ਜਾਂਦੀ, 2 ਸਾਲ ਵਾਸਤੇ ਤੁਸੀਂ ਨੂੰ ਅਗਲੇ ਨੂੰ ਲਾਇਸੈਂਸ ਦੇ ਦਿਓ ਕਿ ਜੋ ਮਰਜ਼ੀ ਕਰੀ ਜਾਵੇ, ਅਤੇ ਜੇ ਉਹ ਪੋਲੀਟੀਕਲੀ ਬੰਦਾ ਐਕਸੈਪਟੇਬਲ ਹੈ ਉਹ ਤਾਂ ਬੜਾ ਖੁਸ਼ ਹੋਏਗਾ ਕਿ 2 ਸਾਲ ਮੈਨੂੰ ਕੋਈ ਬਦਲ ਨਹੀਂ ਸਕਦਾ, ਉਹ ਪੈਸੇ ਵੀ ਲਊਗਾ, ਉਹ ਪੋਲੀਟੀਕਲ ਇੰਟਰਫੇਰੈਂਸ ਵੀ ਐਕਸੈਪਟ ਕਰੇਗਾ। ਤਾਂ ਵਾਈ ਆਈ ਡੋਂਟ ਥਿੰਕ, ਜਿੰਨੀ ਦੇਰ ਫੀਅਰ ਆਫ ਟ੍ਰਾਂਸਫਰ ਜਾਂ ਪਨਿਸ਼ਮੈਂਟ ਨਹੀਂ ਹੈਗੀ, ਉਨੀ ਦੇਰ ਪੁਲਿਸ ਅਫਸਰ ਕੰਮ ਨਹੀਂ ਜੇ ਕਰਦਾ। ਜੇ 2 ਸਾਲ ਦਾ ਉਹਨੂੰ ਇਮਿਊਨਿਟੀ ਦੇ ਦਿਓਗੇ ਨਾ, ਤੇ ਉਹ ਹੋਰ ਆਪਣੀ ਅਥਾਰਟੀ ਨੂੰ ਮਿਸ। ਸੋ ਇਹ ਜਿਹੜੇ ਸੁਪਰੀਮ ਕੋਰਟ ਦੇ ਡਾਇਰੈਕਟਿਵ ਸੀਗੇ ਥਿਓਰੀਟੀਕਲ ਸੀ ਸਾਡੇ ਸਾਹਮਣੇ, ਦੇ ਵਰ ਨਾਟ ਪ੍ਰੈਕਟੀਕਲ, ਕਿਉਂਕਿ ਪੁਲਿਸ ਦੇ ਵਿੱਚ ਪਾਵਰਸ ਨੂੰ ਮਿਸਯੂਜ਼ ਕਰਨ ਦੀ ਇੰਨੀ ਜ਼ਿਆਦਾ ਓਪਰਚੁਨਿਟੀ ਮਿਲਦੀ ਹੈ
ਕਿ ਕਿਸੇ ਬੰਦੇ ਨੂੰ 2 ਸਾਲ ਵਾਸਤੇ ਕਾਰਟ ਬਲਾਂਚ ਦੇ ਦੇਣਾ ਕਿ ਤੈਨੂੰ 2 ਸਾਲ ਅਸੀਂ ਬਦਲਣਾ ਨਹੀਂ ਜੀ ਅਨਲੈਸ ਦੇਰ ਇਜ਼ ਅ ਵੈਰੀ ਗ੍ਰੇਵ ਕੰਪਲੇਂਟ ਦੈਟ ਆਈ ਥਿੰਕ ਦੈਟ ਇਜ਼ ਮਿਸਟਰ ਬੈਂਸ ਸੁਪਰੀਮ ਕੋਰਟ ਦੇ ਡਾਇਰੈਕਟਿਵ ਇੰਪ੍ਰੈਕਟੀਕਲ ਸੀ ਜਾਂ ਸ਼ਾਇਦ ਉਹਨਾਂ ਦੀ ਲੈਟਰ ਇਨ ਸਪਿਰਿਟ ਸਮਝਿਆ ਨਹੀਂ ਗਿਆ ਉਹਨਾਂ ਨੂੰ ਨਹੀਂ ਮੇਰਾ ਖਿਆਲ ਜਿਹੜੀ ਬੋਰਡ ਬਣਾਉਣਾ ਸੀ ਟ੍ਰਾਂਸਫਰ ਦਾ ਉਹ ਬੜਾ ਪ੍ਰੈਕਟੀਕਲ ਹੈ ਕਿਉਂਕਿ ਬੋਰਡ ਹੈਗਾ ਹਾਇਰ ਅਫੀਸ਼ੀਅਲ ਦਾ ਡੀਐਸਪੀ ਐਂਡ ਅਬਵ ਇਹ ਨਹੀਂ ਕਿ ਉਹ ਕਾਂਸਟੇਬਲ ਨੂੰ ਪੋਸਟ ਉਹ ਕਰਨਗੇ ਡੀਐਸਪੀ ਐਂਡ ਐਸਐਸਪੀ ਐਂਡ ਸਭ ਦੀ ਬੋਰਡ ਜਦੋਂ ਇਹ ਪੋਸਟਿੰਗ ਨਿਕਲ ਜਾਏਗਾ ਸੁਪਰੀਮ ਕੋਰਟ ਨੇ ਸਜੈਸਟ ਕੀਤਾ ਸੀ ਡੀਐਸਪੀ ਐਂਡ ਅਬਵ ਉਹ ਡੀਐਸਪੀ ਇਟ ਇਜ਼ ਨਾਟ ਫਾਰ ਕਾਂਸਟੇਬਲ ਨਹੀਂ ਇਟ ਇਜ਼ ਫਾਰ ਡੀਐਸਪੀ ਐਂਡ ਬਿਲੋ ਲੈਵਲ ਆਫਿਸਰਸ ਦੇ ਵਿਲ ਇਫੈਕਟ ਟ੍ਰਾਂਸਫਰ ਪ੍ਰਮੋਸ਼ਨ ਸੈਟਰਾ ਐਂਡ ਫਾਰ ਡੀਐਸਪੀ ਐਂਡ ਅਬਵ ਐਂਡ ਫਾਰ ਆਫਿਸਰਸ ਅਬਵ ਦਾ ਰੈਂਕ ਆਫ ਡੀਐਸਪੀ ਦੇ ਵਿਲ ਰਿਕਮੈਂਡ ਟੂ ਦਾ ਅਪਰੋਪਰੀਏਟ ਅਥਾਰਟੀ ਯੈਸ ਐਂਡ ਦਾ ਰਿਕਮੈਂਡੇਸ਼ਨ ਵਿਲ ਡਾਊਨ ਵਨ ਬੋਰਡ ਦੇ ਵਿਲ ਡੀਲ ਵਿਦ 70,000 ਮੈਨ ਜਦੋਂ ਹੋਮ ਮਿਨਿਸਟਰ ਜਾਂ ਪੋਲੀਟੀਕਲ ਮਿਨਿਸਟਰਸ ਕੋਲੋਂ ਪਾਵਰ ਆਫ ਟ੍ਰਾਂਸਫਰ ਖਤਮ ਹੋ ਗਈ ਆਫ ਹਾਈ ਐਸਐਸਪੀ ਐਂਡ ਐਸਐਚਓ 90% ਆਫ ਯੂਜ਼ ਆਫ ਪਾਵਰ ਔਨ ਪੋਲੀਟੀਸ਼ੀਅਨਸ ਦੈਟ ਵਿਲ ਸਟਾਪ ਹੁਣ ਇੱਕ ਐਮਐਲਏ ਕੀ ਕਰਦਾ ਆਪਣਾ ਐਸਐਚਓ ਲਵਾ ਲੈਂਦਾ ਆਪਣੀ ਮਰਜ਼ੀ ਨਾਲ ਐਮਐਲ ਪਹਿਲਾਂ ਐਸਐਚਓ ਨੂੰ ਟੈਲੀਫੋਨ ਕਰਦਾ ਜੇ ਆਇਆ ਮੈਂ ਕੁਝ ਕਰਾਂ ਉਹ ਕਹਿੰਦਾ ਨਹੀਂ ਕਰਨਾ ਉੱਥੇ ਰੁਕ ਜਾਂਦਾ ਮਰਡਰ ਕੇਸ ਤੱਕ ਰੁਕ ਜਾਂਦੇ ਆ ਜਿੱਥੇ ਝੂਠਾ ਪਾਉਣਾ ਉੱਥੇ ਪਵਾ ਦਿੰਦੇ ਆ ਇਹ ਬਿਲਕੁਲ ਹੋ ਰਿਹਾ 100 ਐਫ ਆਈ ਆਰ ਝੂਠੇ ਇੱਕ ਪੁਲਿਸ ਸਟੇਸ਼ਨ 'ਚ ਹੋ ਗਏ ਆ ਜਿੱਦਾਂ ਸਰਕਾਰ ਬਦਲਦੀ ਹੈ ਕੁਝ ਕੈਂਸਲ ਹੋ ਜਾਂਦੇ ਆ ਨਵੇਂ ਆ ਜਾਂਦੇ ਆ ਆਮ ਬੰਦੇ ਕੋਲ ਤਾਂ ਕੁਝ ਹੈ ਹੀ ਨਹੀਂ ਜੇ ਉਹਦੇ ਕੋਲ ਪੈਸਾ ਹੈ ਤਾਂ ਦੇ ਕੇ ਆਪਣੀ ਜਾਨ ਬਚਾਉਂਦਾ ਨਹੀਂ ਤਾਂ ਉਹ ਜੁੱਤੀਆਂ ਖਾਂਦਾ ਇਹ ਸਾਰੀਆਂ ਸਾਹਿਬ ਦੀਆਂ ਲੇਕਿਨ ਪੁਆਇੰਟ ਤਾਂ ਇਹ ਹੈਗਾ ਕਿ ਪੁਲਿਸ ਰਿਫੋਰਮ ਦੀਆਂ ਗੱਲਾਂ ਹੋ ਰਹੀਆਂ ਨੇ ਇਸ ਵੇਲੇ ਔਰ ਸੁਪਰੀਮ ਕੋਰਟ ਨੇ ਕੋਈ 2-4 ਪੁਆਇੰਟਸ ਫੜ ਲਏ ਉਹਦੇ ਵਿੱਚੋਂ ਕਿ ਪੋਸਟਿੰਗ ਟ੍ਰਾਂਸਫਰ ਐਂਡ ਐਸਟੈਬਲਿਸ਼ਮੈਂਟ ਬੋਰਡ ਬਣ ਜਾਵੇ ਟੈਨਿਓਰ ਫਿਕਸ ਹੋ ਜਾਵੇ ਪੁਲਿਸ ਰਿਫੋਰਮ ਦੇ ਹੋਰ ਵੀ ਮੁੱਦੇ ਹੈਗੇ ਸਕਿੱਲਸ ਦਾ ਡਿਵੈਲਪਮੈਂਟ ਟ੍ਰੇਨਿੰਗ ਪਰ ਨਾਲ ਸਾਹਿਬ ਉਹ ਤੇ ਸਟੇਟਸ ਨੇ ਆਪ ਕਰਨੇ ਸੀ ਨਾ ਨਹੀਂ ਉੱਥੋਂ ਤੇ ਡਾਇਰੈਕਟਿਵ ਵੀ ਆ ਸਕਦਾ ਸੀਗਾ ਜਿਹੜਾ ਉਹਨਾਂ ਨੇ ਦਿੱਤਾ ਨਹੀਂ ਮੈਂ ਤੇ ਇਹ ਕਹਿ ਰਿਹਾ ਛੋਟੀ ਜਿਹੀ ਗੱਲ ਹੈ ਪ੍ਰੀਵੈਂਟ ਦੀ ਸਟੇਟਸ ਫਰਮ ਡੂਇੰਗ ਮੈਂ ਕੋਈ ਹੋਰ ਗੱਲ ਕਹਿ ਰਿਹਾ ਮੈਂ ਕਹਿ ਰਿਹਾ ਕਿ ਸੁਪਰੀਮ ਕੋਰਟ ਦੇ ਜਿਹੜੇ ਡਾਇਰੈਕਟਿਵ ਸੀਗੇ ਉਹ ਲਿਮਿਟਿਡ ਪੁਆਇੰਟਸ ਤੇ ਸੀਗੇ ਜਦੋਂ ਰਿਫਾਰਮਸ ਦਾ ਜਿਹੜਾ ਮੁੱਦਾ ਹੈਗਾ ਉਹ ਬਹੁਤ ਵਿਸਤ੍ਰਿਤ ਮੁੱਦਾ ਹੈਗਾ ਉਹਦੇ ਵਿੱਚ ਹੋਰ ਵੀ ਚੀਜ਼ਾਂ ਸ਼ਾਮਿਲ ਹੈਗੀਆਂ ਸਕਿੱਲਸ ਨੂੰ ਇੰਪਰੂਵ ਕਰਨਾ ਟ੍ਰੇਨਿੰਗ ਨੂੰ ਠੀਕ ਕਰਨਾ ਉਹਨਾਂ ਦੇ ਜਿਹੜੇ ਸਰਵਿਸ ਕੰਡੀਸ਼ਨਸ ਹੈ ਉਹਨਾਂ ਨੂੰ ਠੀਕ ਕਰਨਾ ਤਮਾਮ ਚੀਜ਼ਾਂ ਇਹਨਾਂ ਚੀਜ਼ਾਂ ਤੇ ਕਿਉਂ ਐਫਰਟ ਨਹੀਂ ਹੋਏ ਐਫਰਟ ਹੋਏ ਨੈਸ਼ਨਲ ਪੁਲਿਸ ਕਮਿਸ਼ਨ 1977 ਦਾ ਬਣਿਆ ਧਰਮਵੀਰਾ ਉਹਦੇ ਚੇਅਰਮੈਨ ਸੀਗੇ ਬਹੁਤ ਉਹਨਾਂ ਨੇ 8 ਰਿਪੋਰਟਾਂ ਪੇਸ਼ ਕੀਤੀਆਂ ਲੇਕਿਨ ਗਵਰਨਮੈਂਟ ਵੱਲ ਗਈ ਉਦੋਂ ਤੱਕ ਸੈਂਟਰ ਦੇ ਵਿੱਚ ਤੇ ਉਹਨਾਂ ਨੇ ਕੁਝ ਕੀਤਾ ਨਹੀਂ ਉਹ ਐਵੇਂ ਹੀ ਪਈਆਂ ਹੋਈਆਂ ਪਰ ਸਟੇਟਸ ਕਿਉਂਕਿ ਲਾਅ ਐਂਡ ਆਰਡਰ ਤੇ ਸਟੇਟ ਸਬਜੈਕਟ ਹੈ ਨਾ ਸਟੇਟਸ ਆਪਣੇ ਲੈਵਲ ਤੇ ਕਰ ਹੀ ਸਕਦੀਆਂ ਨਾ ਸਟੇਟ ਬੀਜੇਪੀ ਆਪਣੇ ਲੈਵਲ ਤੇ ਕਰ ਸਕਦਾ ਪੁਆਇੰਟ ਇਹ ਨੋਬਡੀ ਵਾਂਟਸ ਟੂ ਲੀਵ ਦਾ ਪੋਲੀਟੀਕਲ ਕੰਟਰੋਲ ਓਵਰ ਦ ਪੁਲਿਸ ਠੀਕ ਕਰ ਦਿਓ ਐਲਐਲਬੀ ਕਰ ਦਿਓ ਐਨਏ ਐਲਐਲਬੀ ਤੇ ਮੈਂ ਇੱਕ ਬਹੁਤ ਮੂਲ ਮੁੱਦਾ ਉਠਾ ਰਿਹਾ ਹਾਂ ਜੀ ਉਹ ਇਹ ਹੈਗਾ ਕਿ ਪੋਲੀਟੀਕਲ ਕੰਟਰੋਲ ਜਿਹੜਾ ਹੈਗਾ ਡਿਫਰੈਂਟ ਵਿੰਗਸ ਆਫ ਦੀ ਸਟੇਟ ਦੇ ਉੱਪਰ ਜਿਸ ਤਰ੍ਹਾਂ ਕੋਈ ਵੀ ਡਿਪਾਰਟਮੈਂਟ ਜਦ ਤੱਕ ਉਹ ਨਹੀਂ ਖਤਮ ਹੋਏਗਾ ਉਦੋਂ ਤੱਕ ਇਹ ਪ੍ਰੋਬਲਮ ਹਮੇਸ਼ਾ ਰਹਿਣਗੀਆਂ ਹਰ ਮਹਿਕਮੇ ਦੇ ਨਾਲ ਔਰ ਪੁਲਿਸ ਦੇ ਨਾਲ ਵੀ ਰਹਿਣਗੀਆਂ ਅਤੇ ਇੱਕ ਮੂਲਭੂਤ ਪਰਿਵਰਤਨ ਲਿਆਉਣ ਦਾ ਲੋੜ ਹੈ ਉਹ ਮਨਪ੍ਰੀਤ ਬਾਦਲ ਸਾਹਿਬ ਨੇ ਉਸ ਗੱਲ ਦਾ ਉੱਥੇ ਟੱਚ ਨਹੀਂ ਕੀਤਾ ਮੈਂ ਉਹ ਗੱਲ ਟੱਚ ਕਰ ਰਿਹਾ ਮੈਂ ਇਹ ਕਹਿ ਰਿਹਾ ਕਿ ਤੁਸੀਂ ਆਪਣਾ ਸਿਸਟਮ ਚੇਂਜ ਕਰੋ ਤੁਸੀਂ ਇਹ ਕਰੋ ਕਿ ਜਿਹੜਾ 3 ਵਿੰਗਸ ਆਫ ਦਾ ਸਟੇਟ ਹੈ ਲੈਜਿਸਲੇਚਰ ਐਗਜ਼ੀਕਿਊਟਿਵ ਐਂਡ ਜੁਡੀਸ਼ਰੀ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਹੈ ਤਿੰਨਾਂ ਦੇ ਪਾਵਰਸ ਵੱਖ ਵੱਖ ਕਰੋ ਲੈਟ ਦ ਲੈਜਿਸਲੇਟਰ ਗੋ ਮੇਕ ਦ ਲਾਜ ਲੈਟ ਦ ਐਗਜ਼ੀਕਿਊਟਿਵ ਐਗਜ਼ੀਕਿਊਟ ਇੰਪਲੀਮੈਂਟ ਦੋਜ਼ ਲਾਜ ਐਂਡ ਲੈਟ ਜੁਡੀਸ਼ਰੀ ਲੈਟ ਦ ਜੁਡੀਸ਼ਰੀ ਇੰਪਲੀਮੈਂਟ ਇੰਟਰਪ੍ਰੈਟ ਦੋਜ਼ ਲਾਜ ਦੈਨ ਯੂ ਸੀ ਦੇ ਵਿਲ ਨੋ ਜਸਟਿਸ ਗਰੇਵਾਲ ਜੁਡੀਸ਼ਰੀ ਇੱਕ ਫੀਲਿੰਗ ਹੈ ਕਿ ਜੁਡੀਸ਼ਰੀ ਇਜ਼ ਨਾਟ ਕਾਈਂਡ ਆਫ ਇਨਫੋਰਸਿੰਗ ਦੀ ਲਾਜ਼ ਦੈਟ ਹੈਵ ਬੀਨ ਮੇਡ ਫੋਰ ਐਗਜ਼ਾਮਪਲ 2008 ਦੇ ਵਿੱਚ ਇੱਕ PIL ਫਾਈਲ ਹੋਈ ਸੀ ਜਦੋਂ ਸੁਪਰੀਮ ਕੋਰਟ ਨੇ ਡਾਇਰੈਕਟਿਵ ਦਿੱਤੇ ਸੀਗੇ ਵੀ ਜਿਹੜੀ ਪੰਜਾਬ ਪੁਲਿਸ ਜਿਹੜੀ ਐਕਟ ਬਣਾ ਰਿਹਾ ਵਾ ਇਹ ਫੌਲਟੀ ਐਕਟ ਹੈ ਪਰ ਮੇਰੇ ਖਿਆਲ ਉਹ ਉਸ ਤੋਂ ਅੱਗੇ ਗੱਲ ਚੱਲੀ ਨਹੀਂ ਸੀ ਬਟ ਕੋਰਟਸ ਵਾਟ ਕੈਨ ਦੇ ਕੋਰਟ ਡੂ ਕੋਰਟ ਕੀ ਕਰ ਸਕਦਾ ਜੀ ਜੀ ਹੁਣ PIL ਹੈਗੀ ਹੈ ਤਾਂ ਠੀਕ ਹੈ ਉਹ ਆਪਣਾ ਦੇਖ ਦੁੱਖ ਕੇ ਫੈਸਲਾ ਕਰ ਦੇਣਗੇ ਇਹ ਤਾਂ ਹੁਣ ਡਿਬੇਟ ਤਾਂ ਹੋਣੀ ਚਾਹੀਦੀ ਹੈ ਵਿਧਾਨ ਸਭਾ ਦੇ ਵਿੱਚ
ਉੱਥੇ ਵਿਧਾਨ ਸਭਾ ਦੀ ਕੋਈ ਡਿਬੇਟ ਤੁਸੀਂ ਕਦੀ ਸੁਣੀ ਹੈ ਜੀ? ਉੱਥੇ ਬਸ ਜੋ ਰੂਲਿੰਗ ਪਾਰਟੀ ਕਹਿੰਦੀ ਹੋ ਜਾਂਦਾ ਹੈਗਾ ਤੇ ਹੱਲਾ ਗੁੱਲਾ ਪੈਂਦਾ, ਕੋਈ ਸੀਰੀਅਸ ਡਿਬੇਟ ਨਹੀਂ ਹੋਈ ਜੀ ਇਹਨਾਂ ਰਿਫੋਰਮਸ। ਪਰ ਜੇ ਪੁਲਿਸ ਕਰਪਟ ਆ ਔਰ ਜੇ ਐਗਜ਼ੀਕਿਊਟਿਵ ਉਹਨੂੰ ਨਹੀਂ ਚੈੱਕ ਕਰਦਾ ਤੇ ਫਿਰ ਕੋਰਟਸ ਇੰਟਰਵਿਊ ਕਰ ਹੀ ਸਕਦੇ ਜੀ? ਪੰਜਾਬ ਪੁਲਿਸ ਇਨਸਟੈਡ ਆਫ ਇੰਪਲੀਮੈਂਟਿੰਗ ਦੀ ਸੁਪਰੀਮ ਕੋਰਟ ਡਾਇਰੈਕਟਿਵਸ, ਇਹਨਾਂ ਨੇ ਹੁਣ ਆਪਣੇ ਬਿੱਲਸ ਬਣਾਏ ਆ। ਦੋ ਬਿੱਲ ਆਏ, ਇੱਕ SSG ਪੁਲਿਸ ਫੋਰਸ ਇੱਕ ਆਪਣੇ ਤਰੀਕੇ ਦੀ ਬਣਾਉਣ ਦੀ ਕੋਸ਼ਿਸ਼ ਕੀਤੀ, ਔਰ ਇੱਕ ਡੈਮੇਜ ਟੂ ਪਬਲਿਕ ਪ੍ਰੋਪਰਟੀ ਕੰਟਰੋਲ। ਇਹ ਜਿਹੜੇ ਬਿੱਲਸ ਆ, ਡੂ ਯੂ ਥਿੰਕ ਇਹਨਾਂ ਦਾ ਫਾਇਦਾ ਹੋਊਗਾ ਸਿਚੁਏਸ਼ਨ ਹਾਲਾਤ ਨੂੰ ਠੀਕ ਕਰਨ ਦੇ ਵਿੱਚ? ਇਹ ਤਾਂ ਹਾਲਾਤ ਨੂੰ ਬਹੁਤ ਖਰਾਬ ਕਰ ਦੇਣਗੇ। ਇੱਕ ਤਾਂ ਦੇ ਰਿਹਾ ਕਿ ਇੱਕ ਸਪੈਸ਼ਲ ਤਰ੍ਹਾਂ ਉਹਨਾਂ ਨੂੰ ਡਰ ਹੈ ਕਿ ਸਾਨੂੰ ਅਗਲੀ ਸਰਕਾਰ ਨੇ ਪ੍ਰੋਟੈਕਸ਼ਨ ਨਹੀਂ ਦੇਣੀ। ਉਹ ਕਹਿੰਦੇ ਹੁਣੇ ਪਹਿਲਾਂ ਕਾਨੂੰਨ ਨੂੰ ਆ ਦੇ ਕਿ ਸਾਡੀ ਪ੍ਰੋਟੈਕਸ਼ਨ ਖਤਮ ਹੋਵੇ, ਸਾਡੇ ਮਿਨਿਸਟਰ ਦੀ, ਸਾਡੇ ਪਰਿਵਾਰ ਦੀ, ਸਾਡੇ ਉਹਨਾਂ ਦੀ ਇੱਕ ਤਾਂ ਓਬਜੈਕਟ ਹੀ ਹੈ। ਦੂਸਰੇ ਬਿੱਲ ਦਾ ਓਬਜੈਕਟ ਹੈ ਕਿ ਜਿਹੜੀ ਮਾੜੀ ਮੋਟੀਆਂ ਡੈਮੋਸਟ੍ਰੇਸ਼ਨ ਹੋ ਰਹੀਆਂ, ਲੋਕ ਡੈਮੋਕਰੇਟਿਕ ਰਾਈਟਸ ਨੂੰ ਐਕਸਰਸਾਈਜ਼ ਕਰ ਰਹੇ, ਰਾਈਟ ਟੂ ਅਸੈਂਬਲੀ ਐਂਡ ਰਾਈਟ ਟੂ ਸਪੀਕ, ਕਿਉਂਕਿ ਜਿੱਥੇ ਵੀ ਸਰਕਾਰੀ ਜਾਂਦੇ ਉਹਨਾਂ ਨੇ ਉਹ ਪ੍ਰੋਮਿਸ ਤਾਂ ਪੂਰੇ ਕਰਦੇ ਨੇ। ਹਰ MLA ਖਿਲਾਫ਼ ਲੋਕ ਇਕੱਠੇ ਹੋ ਜਾਂਦੇ ਨੇ, ਅਨਇੰਪਲੋਇਡ ਟੀਚਰ ਇਕੱਠੇ ਹੋ ਜਾਂਦੇ, ਉਹਨਾਂ ਨੂੰ ਰੋਕਣ ਲਈ ਹੁਣ ਉਹਨਾਂ ਨੇ ਕੀ ਬਿੱਲ ਬਣਾ ਲਿਆ ਕਿ ਜੇ ਤੁਸੀਂ ਕਿਸੇ ਜਗ੍ਹਾ ਇਕੱਠੇ ਹੋ ਕੇ ਆਵਾਜ਼ ਉਠਾਉਣੀ ਹੈ ਪਹਿਲਾਂ SHO ਦੀ ਪਰਮਿਸ਼ਨ ਲਓ, ਪਹਿਲਾਂ ਰੂਟ ਦੱਸੋ, ਫਿਰ ਜੇ ਕੋਈ ਨੁਕਸਾਨ ਹੋ ਗਿਆ ਤੁਸੀਂ ਚਾਰ ਗੁੰਡੇ ਪਾ ਦਿਓ, ਉਹ ਨੁਕਸਾਨ ਅਗਲਾ ਸੋਚ ਕੇ ਆਇਆ ਸੀ ਇਸ ਫੋਰਮ ਤੇ। ਔਰ ਮੈਂ ਉਦੋਂ ਵੀ ਕਿਹਾ ਸੀਗਾ ਕਿ ਪੀਸਫੁਲ ਡਿਮਾਨਸਟ੍ਰੇਸ਼ਨ ਦਾ ਹੱਕ ਹੋਣਾ ਚਾਹੀਦਾ ਹੈ ਹਰ ਇੱਕ ਨੂੰ, ਲੇਕਿਨ ਪ੍ਰੋਪਰਟੀ ਨੂੰ ਡੈਮੇਜ ਕਰਨਾ, ਭਾਵੇਂ ਉਹ ਪਬਲਿਕ ਪ੍ਰੋਪਰਟੀ ਹੋਵੇ ਭਾਵੇਂ ਪ੍ਰਾਈਵੇਟ ਪ੍ਰੋਪਰਟੀ ਹੋਵੇ, ਉਹ ਨਹੀਂ ਹੋਣਾ ਚਾਹੀਦਾ ਹੈ। ਇਟ ਸ਼ੁੱਡ ਬੀ ਸਫੀਸ਼ੀਐਂਟ ਇਫ ਦਾ ਔਰਗੇਨਾਈਜ਼ਰਸ ਗਿਵ ਇੰਟੀਮੇਸ਼ਨ ਟੂ ਦਾ ਅਥਾਰਟੀਜ਼ ਕਿ ਅਸੀਂ ਇਹ ਡਿਮਾਨਸਟ੍ਰੇਸ਼ਨ ਕਰਨਾ, ਇਹ ਸਾਡਾ ਰੂਟ ਹੈ, ਇੰਟੀਮੇਸ਼ਨ ਦੇ ਦੇਣ। ਜੇ ਅਥਾਰਟੀ ਚਾਹੁੰਦੇ ਨੇ ਕੋਈ ਰੂਟ ਵਗੈਰਾ ਦਾ ਪਰਿਵਰਤਨ ਕਰਨਾ ਤੇ ਉਹ ਸਜੈਸਟ ਕਰ ਸਕਦੇ ਨੇ, ਤੁਸੀਂ ਇਹ ਰੂਟ ਨਾ ਫਾਲੋ ਕਰੋ, ਇਹ ਰੂਟ ਫਾਲੋ ਕਰੋ। ਮਿਸਟਰ ਔਜਲਾ, ਦੇਰ ਇਜ਼ ਆਲਵੇਜ਼ ਸੈਕਸ਼ਨ 68 ਇਨ ਦਾ ਪੰਜਾਬ ਪੁਲਿਸ ਐਕਟ ਆਫ 2007 ਜੀ ਵਿਚ ਪਨਿਸ਼ਸ ਡੈਮੇਜ ਟੂ ਪਬਲਿਕ ਪ੍ਰੋਪਰਟੀ। ਨੋਬਲ ਪ੍ਰਾਈਜ਼ ਵਿਨਰ ਸਕਾਲਰ ਹੋਇਆ ਜਿਹਨੇ ਕਿਤਾਬ ਲਿਖੀ ਸੀ ਏਸ਼ੀਅਨ ਡਰਾਮਾ, ਉਹਨੇ ਹਿੰਦੁਸਤਾਨ ਨੂੰ ਕਿਹਾ ਕਿ ਇਹ ਸੋਫਟ ਸਟੇਟ ਹੈ। ਸੋਫਟ ਸਟੇਟ ਦਾ ਇਹ ਨਹੀਂ ਮਤਲਬ ਕਿ ਇੱਥੇ ਡੰਡਾ ਨਹੀਂ ਚੱਲਦਾ, ਸੋਫਟ ਸਟੇਟ ਦਾ ਮਤਲਬ ਹੈ ਕਿ ਕਾਨੂੰਨ ਬਣ ਜਾਂਦਾ, ਇਨਫੋਰਸਮੈਂਟ ਨਹੀਂ ਹੁੰਦੀ। ਬਿਲਕੁਲ, ਤੁਸੀਂ ਜੇ 500 ਬੰਦੇ ਨੂੰ ਡੈਮੇਜ ਪ੍ਰੋਪਰਟੀ ਦੇ ਤੁਸੀਂ ਪ੍ਰੋਸੀਕਿਊਟ ਕਰਨਾ, ਤੁਹਾਡਾ ਕਿੰਨਾ ਐਫਰਟ ਤੁਹਾਨੂੰ ਉਹਦੇ 'ਚ ਕਰਨਾ ਪਏਗਾ। ਇਟ ਇਜ਼ ਬੈਟਰ ਦੈਟ ਯੂ ਡੀਲ ਵਿਦ ਦੈਮ ਅੰਡਰ ਦੀ ਜਿਹੜਾ ਕਾਨੂੰਨ ਬਣਿਆ ਹੈ। ਮੇਰਾ ਖਿਆਲ ਹੈ ਡੀਲ ਵਿਦ ਅੰਡਰ ਦਾ ਪੁਲਿਸ ਐਕਟ ਵਿਚ ਆਲਰੇਡੀ ਇੰਪਾਵਰਸ ਯੂ ਅੰਡਰ ਸੈਕਸ਼ਨ 68 ਰਾਦਰ ਦੈਨ ਦੈਟ ਯੂ ਗੋ ਇਨ ਫੋਰ ਅ ਡਰੈਕੋਨੀਅਨ ਲਾਅ ਵਿਚ ਨੋਬਡੀ ਇੰਪਲੀਮੈਂਟਸ ਐਂਡ ਗੋਜ਼ ਇਨਟੂ ਡਿਸਯੂਜ਼। ਇਹ ਜਿਹੜਾ ਨਵਾਂ ਕਾਨੂੰਨ ਪੰਜਾਬ ਗਵਰਨਮੈਂਟ ਨੇ ਬਣਾਇਆ ਹੈ, ਜਿੱਥੋਂ ਤੱਕ ਮੈਂ ਸਮਝਣਾ, ਇਹ ਪਿੱਛੇ ਵੀ ਡਿਸਕਸ ਹੋਇਆ ਸੀ, ਆਇਆ ਸੀ ਨਾ ਇੱਥੇ, ਉਹਨਾਂ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਕਿਸੇ ਜਜਮੈਂਟ ਦੇ ਵਿੱਚ ਗਾਈਡਲਾਈਨਸ ਦਿੱਤੀਆਂ ਨੇ ਕਿ ਇਹ ਹੋਣਾ ਚਾਹੀਦਾ, ਉਹੀ ਗਾਈਡਲਾਈਨਸ ਫੜ ਲਈਆਂ ਜਿਹੜੇ ਤੁਹਾਨੂੰ ਸੂਟ ਕਰ ਰਹੇ ਹੋ।
ਮਿਸਟਰ ਲਾਲ ਦਾ ਤਾਂ ਬੜਾ ਕਲੀਅਰ ਹੈ ਕਿ ਅਨਲੈਸ ਦੇਰ ਇਜ਼ ਡਿਵੀਜ਼ਨ ਆਫ ਪਾਵਰਸ ਬਿਟਵੀਨ ਦੀ ਥ੍ਰੀ ਫੰਕਸ਼ਨਸ ਕੋਈ ਬਹੁਤੀ ਇੰਪਰੂਵਮੈਂਟ ਨਹੀਂ ਆ ਸਕਦੀ। ਪੁਲਿਸ ਫੰਕਸ਼ਨ ਨੂੰ ਇੰਪਰੂਵ ਕਰਨਾ ਹੋਵੇ ਅਜਲ ਸਾਹਿਬ ਕੀ ਕਰਨ ਦੀ ਲੋੜ ਹੈ ਕੁਇਕਲੀ ਵੀ ਰਨਿੰਗ ਆਊਟ ਆਫ ਟਾਈਮ ਬ੍ਰੀਫਲੀ? ਇੱਕ ਤਾਂ ਜੀ ਜਿਹੜਾ VIPism ਜਿਹੜਾ ਨਾ ਉਹ ਖਤਮ ਹੋਣਾ ਚਾਹੀਦਾ, ਇਨ ਸੈਂਸ ਕਿ VIP ਸਿਕਿਉਰਿਟੀ ਦੇ ਉੱਤੇ ਅਸੀਂ ਇੰਨੀ ਅਨਇਮੈਜੀਨੇਟਿਵ ਡਿਪਲੋਇਮੈਂਟ ਪੰਜਾਬ ਪੁਲਿਸ ਦੇ ਮੈਨ ਪਾਵਰ ਨੂੰ ਇੰਨਾ ਫਰਿਟਰਵੇ ਕੀਤਾ, ਜਦੋਂ ਕਿਸੇ VVIP ਨੇ ਕਿਸੇ ਡਿਸਟ੍ਰਿਕਟ ਦੇ ਵਿੱਚ ਜਾਣਾ ਹੁੰਦਾ ਸੀ, ਚੱਪੇ ਚੱਪੇ ਦੇ ਉੱਤੇ ਪੁਲਿਸ ਨੂੰ ਖੜੇ ਕਰ ਦਿੰਦੇ ਆ। ਥਾਣੇ ਦੇ ਵਿੱਚ ਇੱਕ ਬੰਦਾ ਨਹੀਂ ਹੁੰਦਾ, ਸੜਕਾਂ ਦੇ ਉੱਤੇ ਸਾਰੇ ਖੜੇ ਹੁੰਦੇ ਨੇ। ਜੇ ਕੋਈ ਉੱਥੇ ਕ੍ਰਾਈਮ ਹੋ ਜਾਏ ਤਾਂ ਉਹਨੂੰ ਕੌਣ ਡੀਲ ਕਰੇਗਾ? ਵੀ ਆਰ ਓਨਲੀ ਡੀਲਿੰਗ ਵਿਦ VIP ਸਿਕਿਉਰਿਟੀ। ਇਹਨੂੰ ਡਾਇਲਿਊਟ ਕਰਨ ਦੀ ਲੋੜ ਹੈ, ਸਿਰਫ ਇਮੈਜੀਨੇਟਿਵਲੀ ਡਿਪਲੋਏ ਕਰੀਏ ਤਾਂ ਸਾਨੂੰ ਲੋੜ ਹੈ। ਸੈਕਿੰਡਲੀ, ਜੇ ਅਸੀਂ ਇਹਨੂੰ ਇਨਵੈਸਟੀਗੇਸ਼ਨ ਵਿੰਗ ਨੂੰ ਸੈਪਰੇਟ ਕਰਨਾ, ਉਹਨਾਂ ਨੂੰ ਪ੍ਰੋਪਰਲੀ ਇਕੁਇਪ ਕਰੀਏ ਵਿਦ ਸਾਇੰਟੀਫਿਕ ਮੈਥਡਸ ਆਫ ਇਨਵੈਸਟੀਗੇਸ਼ਨ, ਉਹਦੇ ਨਾਲ ਥਰਡ ਡਿਗਰੀ ਵੀ ਘਟੇਗੀ। ਇਫ ਯੂ ਗੋ ਫਰੋਮ ਦੀ ਕ੍ਰਾਈਮ ਟੂ ਦਾ ਕ੍ਰਿਮੀਨਲ, ਦੈਟ ਵਿਲ ਬੀ ਅ ਬੈਟਰ ਵੇ, ਅਦਰਵਾਈਜ਼ ਯੂ ਵਿਲ ਗੋ ਫਰੋਮ ਦਾ ਕ੍ਰਿਮੀਨਲ ਟੂ ਦਾ ਕ੍ਰਾਈਮ ਐਂਡ ਦੈਨ ਆਲ ਸੋਰਟਸ ਆਫ ਪ੍ਰੋਬਲਮ ਵਿਲ ਅਰਾਈਜ਼। ਸੋ ਆਈ ਫੀਲ ਕਿ ਯੂ ਨੀਡ ਟੂ ਇੰਪਰੂਵ ਦਾ ਸਾਇੰਟੀਫਿਕਲੀ ਇਫ ਯੂ ਟੂ ਮੇਕ ਆਈ ਥਿੰਕ ਦ ਪ੍ਰੋਮੋਸ਼ਨ ਐਂਡ ਦ ਰਿਵਾਰਡ ਸਿਸਟਮ ਸ਼ੁਡ ਬੀ ਬੇਸਡ ਔਨ ਪੁਲਿਸ ਪਰਫਾਰਮੈਂਸ। ਇਫ ਐਨ SHO ਐਕਚੁਅਲੀ ਸੋਲਵਸ ਕ੍ਰਾਈਮ, ਗੈਟ ਮੋਰ ਪਰਸਨ ਕਨਵਿਕਟਡ, ਦੈਨ ਹੀ ਸ਼ੁਡ ਬੀ ਪ੍ਰੋਮੋਟਡ। ਦਿਸ ਇਜ਼ ਨਾਟ ਦ ਕ੍ਰਾਈਟੇਰੀਆ ਨਾਓ। ਜਸਟਿਸ ਗਰੇਵਾਲ, ਹਾਊ ਕੈਨ ਦੀ ਪੁਲਿਸ ਫੰਕਸ਼ਨਿੰਗ ਬੀ ਇੰਪਰੂਵਡ? ਡੀਸੈਂਟਰਲਾਈਜ਼ ਕਰੋ ਜੀ, ਗਿਵ ਮੋਰ ਆਟੋਨੋਮੀ ਐਂਡ ਦ ਹੈਡ ਆਫ ਦ ਪੁਲਿਸ ਸ਼ੁਡ ਬੀ ਅ ਚੀਫ ਕਾਂਸਟੇਬਲ, ਨਾਟ ਅ ਜਨਰਲ। ਥੈਂਕ ਯੂ ਵੈਰੀ ਮਚ ਜੈਂਟਲਮੈਨ ਫੋਰ ਜੁਆਇਨਿੰਗ ਅਸ ਇਨ ਦਿਸ ਡਿਸਕਸ਼ਨ। ਪੁਲਿਸ ਮਹਿਕਮੇ ਵਿੱਚ ਸੁਧਾਰਾਂ ਦੀ ਗੱਲ ਬਹੁਤ ਪਹਿਲਾਂ ਤੋਂ ਕੀਤੀ ਜਾ ਰਹੀ ਹੈ ਅਤੇ ਪੰਜਾਬ ਪੁਲਿਸ ਵਿੱਚ ਤਾਂ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਪਰ ਜੋ ਵੀ ਕਦਮ ਸੁਧਾਰ ਲਈ ਉਠਾਏ ਗਏ ਨੇ ਉਹਨਾਂ ਨੇ ਹਾਲਾਤ ਹੋਰ ਬਦਤਰ ਬਣਾ ਦਿੱਤੇ ਨੇ। ਹੁਣ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਇਸ ਦੇ ਸਿਆਸੀਕਰਨ ਨੂੰ ਮਿਟਾਉਣ ਦੀ ਗੱਲ ਕੀਤੀ ਹੈ ਤਾਂ ਬਸ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਜਨਤਾ ਆਪਣੇ ਚੁਣੇ ਹੋਏ ਨੁਮਾਇੰਦਿਆਂ ਉੱਤੇ ਦਬਾਅ ਪਾਏ ਤਾਂ ਜੋ ਇਸ ਦਿਸ਼ਾ ਵੱਲ ਉਹ ਸਾਰੇ ਤੁਰਨ। ਇਸ ਦੇ ਨਾਲ ਹੀ ਅੱਜ ਦੀ ਡੇ ਐਂਡ ਨਾਈਟ ਪ੍ਰਾਈਮ ਡਿਬੇਟ ਇੱਥੇ ਹੀ ਖਤਮ ਹੁੰਦੀ ਹੈ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਦੇ ਨਾਲ। ਤਦ ਤੱਕ ਲਈ ਨਮਸਕਾਰ, ਸਤਿ ਸ਼੍ਰੀ ਅਕਾਲ।